ਅਨਵਰ ਅਲੀ ਮੈਂ ਸੈਕਟਰ 29 ਤੋਂ ਆਉਂਦਾ ਜੀ ਅਤੇ ਮੈਂ 2 ਸਾਲ ਤੋਂ ਡਾਇਲਸਿਸ ਕਰਾ ਰਿਹਾ ਇਸ ਵਕਤ ਤਾਂ ਬਹੁਤ ਜ਼ਿਆਦਾ ਇੰਪਰੂਵਮੈਂਟ ਹੈ ਜੀ ਡਾਕਟਰ ਮੇਨਕਾ 2 ਰਾਊਂਡ ਜਾਂ 3 ਰਾਊਂਡ ਲਗਾ ਲੈਤੇ ਹੈ ਔਰ ਇਨਕੇ ਬਾਅਦ ਜੋ ਮਸ਼ੀਨ ਹੈ ਬਕਾਇਦਾ ਉਹ ਬਿਲਕੁਲ ਪਾਰਟੀਕੁਲਰ ਰੱਖੀ ਹੋਈ ਉਹਨਾਂ ਨੇ ਐਪੀਟੇਟਿਸ ਸੀ ਪੋਜ਼ੀਟਿਵ ਕੀ ਅਲੱਗ ਡਾਕਟਰ ਮੇਨਕਾ ਬਹੁਤ ਅੱਛੇ ਤਰੀਕੇ ਸੇ ਜੀ ਜੋ ਵੀ ਮੈਂ ਸਵਾਲ ਕਰਤਾ ਹੂੰ ਕੋਈ ਪੁੱਛਤਾ ਹੂੰ ਬਹੁਤ ਅੱਛੇ ਤਰੀਕੇ ਸੇ ਮੇਰੇ ਕੋਲ ਡਿਟੇਲ ਮੈਂ ਬਤਾਤੇ ਮੈਂ ਬਿਲਕੁਲ ਖੁਸ਼ ਹਾਂ ਜੀ ਇੱਥੇ ਇਹ ਕਰਵਾ ਕੇ ਸਾਫ਼ ਸਫਾਈ ਜਿਤਨੀ ਵੀ ਹੈ ਜੀ ਬਹੁਤ ਅੱਛੀ ਹੈ ਜੀ ਹਰ ਵਕਤ ਸੈਨੀਟਾਈਜ਼ ਕਰਨਾ ਜਾਂ ਬੈੱਡਸ਼ੀਟ ਚੇਂਜ ਕਰਨੀ ਉਹ ਵੀ ਦੈਟ ਇਜ਼ ਵੈਰੀ ਗੁੱਡ ਹਮ ਆਪਕੇ ਬਹੁਤ ਆਭਾਰੀ ਹੈ ਥੈਂਕ ਯੂ ਮੇਰਾ ਨਾਮ ਹੈ ਪ੍ਰਿਤਪਾਲ ਸਿੰਘ ਬਹੁਤ ਵਧੀਆ ਸਟਾਫ ਹੈ ਟੈਕਨੀਸ਼ੀਅਨ ਡਾਕਟਰ ਸਰਵਿਸਿਸ ਸਾਰਾ ਕੁਛ ਵਧੀਆ ਹੈ ਸਾਫ਼ ਸਫਾਈ ਅੱਛੀ ਹੈ ਸੈਨੀਟਾਈਜ਼ ਅੱਛਾ ਹੈ ਮੈਂ ਹੋਰ ਵੀ ਬਾਹਰ ਵੀ ਹੋਸਪਿਟਲ ਮੈਂ ਡਾਇਲਸਿਸ ਕਰਾਇਆ ਹੈ ਪਰ ਜਹਾਂ ਜਿਤਨੀ ਸਫਾਈ ਉਤਨੀ ਵਹਾਂ ਪਰ ਨਹੀਂ ਹੈ ਯਹਾਂ ਪਰ ਸਫਾਈ ਬਹੁਤ ਅੱਛੀ ਹੈ ਮੇਰਾ ਨਾਮ ਮਿਤੁੰਜੇ ਕੁਮਾਰ ਹੈ ਵਿਗਾਂਕਾ ਵੀ ਪੂਰੀ ਕੋਆਪਰੇਟ ਕਰਦੀ ਹੈ ਉਨਕਾ ਸਟਾਫ ਵੀ ਪੂਰਾ ਕੋਆਪਰੇਟ ਕਰਦੇ ਹੈ ਮੇਰੀ ਕੋਈ ਪ੍ਰੋਬਲਮ ਨਹੀਂ ਹੈ ਕਾਸਟਿੰਗ ਤੋਂ ਬਾਕੀ ਹਸਪੀਟਲੋਂ ਸੇ ਬਹੁਤ ਚੀਪ ਹੈ ਸਸਤਾ ਹੈ ਹਾਂ ਮੇਰਾ ਨਾਮ ਪਿਆਰ ਚੰਦ ਹੈ ਥੈਂਕ ਯੂ ਕਰਦਾ ਹੂੰ ਪੂਰੇ ਸਟਾਫ ਦਾ ਪੂਰਾ ਪੂਰੀ ਫੈਸਿਲਿਟੀ ਪੂਰੀ ਸੁਵਿਧਾਏ ਮਿਲਤੀ ਹੈ ਅਭੀ ਲੋਕਡਾਊਨ ਮੇਂ ਵੀ ਪੂਰੀ ਸੁਵਿਧਾਏ ਮਿਲੀ ਹੈ ਮਤਲਬ ਆਤੇ ਰਹਤੇ ਹੈ ਪੂਛਤੇ ਰਹਤੇ ਹੈ ਪੇਸੈਂਟ ਕੋ ਕਿਆ ਚਾਹੀਏ ਕਿਆ ਨਹੀਂ ਚਾਹੀਏ ਬਤਾਤੇ ਰਹਤੇ ਹੈ ਹਮ ਉਨਸੇ ਵੀ ਵੈਰੀ ਹੈਪੀ ਹੈ ਪੈਸੇ ਕੋਈ ਪ੍ਰੋਬਲਮ